ਕੱਲ ਜਿਹੜਾ ਅਸੀਂ ਰੇਡੀਓਥੋਨ ਕੀਤਾ ਸ੍ਰੀ ਮੋਰਲ ਹੋਸਪਿਟਲ ਦੀ ਫਾਊਂਡੇਸ਼ਨ ਲਈ ਕੈਥ ਲੈਬ ਲਈ ਉਸ ਦੇ ਵਿੱਚ 1 ਮਿਲੀਅਨ ਪਾਰ ਕਰ ਗਈ ਰਕਮ ਸਾਡੇ ਪ੍ਰੈਜ਼ੀਡੈਂਟ ਅਤੇ CEO ਕੁਲਵਿੰਦਰ ਸਿੰਘ ਸੰਘੇੜਾ ਮੇਰੇ ਨਾਲ ਨੇ ਅੱਜ ਔਰ ਉਹ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਆ ਸਾਰੇ ਡੋਨਰਸ ਦਾ ਅਤੇ ਖਾਸ ਤੌਰ ਦੇ ਉੱਤੇ ਐਤਕੀ ਦਾ ਜਿਹੜਾ ਇਹ ਫੰਡ ਰੇਜ਼ਰ ਆ ਇਹ ਰੇਡੀਓਥੋਨ ਕਿਵੇਂ ਡਿਫਰੈਂਟ ਸੀ ਪਹਿਲਾਂ ਨਾਲੋਂ ਕੁਲਵਿੰਦਰ ਸੰਘੇੜਾ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੈਲਕਮ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਡੀ ਆਵਾਜ਼ ਬਹੁਤ ਥੱਕੀ ਹੋਈ ਹੈ ਹਾਂਜੀ ਕੱਲ੍ਹ ਦਾ ਜਿਹੜਾ ਰੇਡੀਓਥੋਨ ਸੀ ਬਾਕੀ ਦੇ ਰੇਡੀਓਥੋਨ ਨਾਲੋਂ ਵੱਖਰਾ ਸੀ ਹਾਂਜੀ ਕੱਲ੍ਹ ਦਾ ਜਿਹੜਾ ਰੇਡੀਓਥੋਨ ਸੀ ਆਈ ਥਿੰਕ ਸਾਡੀ ਕਮਿਊਨਿਟੀ ਦੇ ਬਹੁਤ ਨਜ਼ਦੀਕ ਆ ਮੈਨੂੰ ਲੱਗਦਾ ਕਿ ਜੇ ਮੈਂ ਇਹ ਕਹਾਂ ਇਹ ਗਲਤ ਨਹੀਂ ਹੋਊਗਾ ਆਲਮੋਸਟ ਐਵਰੀ ਫੈਮਿਲੀ ਦੇ ਵਿੱਚ ਕੁਛ ਨਾ ਕੁਛ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਸਾਡੀ ਡਾਇਟ ਆ ਸਾਨੂੰ ਜਿਹੜੀ ਹਾਰਟ ਦਾ ਇਸ਼ੂ ਆ ਕਾਰਡੀਅਕ ਅਰੈਸਟ ਦਾ ਇਸ਼ੂ ਆ ਇਹ ਜ਼ਿਆਦਾ ਆ ਕਿਉਂਕਿ ਉਹ ਡੋਨਰਸ ਕੱਲ੍ਹ ਆਏ ਜਿਹੜੇ ਪਰਸਨਲੀ ਡਾਇਰੈਕਟਲੀ ਇੰਪੈਕਟ ਹੋਏ ਸੀ ਕੱਲ੍ਹ ਮੈਂ ਇਹ ਵੀ ਦੇਖਿਆ ਕਿ ਬਹੁਤ ਵੱਡੀਆਂ ਰਕਮਾਂ ਵੀ ਡੋਨੇਟ ਹੋਈਆਂ ਨੇ ਪਹਿਲਾਂ ਆ ਇਸ ਤਰੀਕੇ ਨਾਲ ਨਹੀਂ ਹੋਇਆ ਸ਼ਾਇਦ ਇਹ ਇਸ਼ੂ ਲੋਕਾਂ ਦੇ ਦਿਲ ਨੂੰ ਟੱਚ ਕਰ ਗਿਆ ਫੰਡ ਰੇਜ਼ ਤਾਂ ਆਪਾਂ ਹੋਸਪਿਟਲ ਲਈ ਪਹਿਲਾਂ ਵੀ ਕੀਤੇ ਨੇ ਪਰ ਐਤਕੀ ਦੇ ਫੰਡ ਰੇਜ਼ਿੰਗ ਦੇ ਵਿੱਚ ਡਾਕਟਰਸ ਨੇ ਬਹੁਤ ਕੰਟਰੀਬਿਊਟ ਕੀਤਾ ਹਾਂਜੀ ਬਹੁਤ ਬਹੁਤ ਆਏ ਜੇ ਮੈਂ ਕਹਾਂ ਕਿ ਮੈਂ ਨੰਬਰ ਲਾਵਾਂ ਤਾਂ ਮੈਨੂੰ ਲੱਗਦਾ 20 ਡਾਕਟਰਾਂ ਤੋਂ ਉੱਪਰ ਹੋਣਗੇ ਉਹਦਾ ਰੀਜ਼ਨ ਬਹੁਤ ਆ ਕਿ ਉਹ ਰੈਂਡੀ ਗਿੱਲ ਨੂੰ ਬਹੁਤ ਕ੍ਰੈਡਿਟ ਜਾਂਦਾ ਜਿਹੜੀ ਉਹਨਾਂ ਨੇ ਰੈਲੀ ਕੀਤੀ ਜਿਹੜੀ ਉਹਨਾਂ ਨੇ ਅਵੇਅਰਨੈਸ ਲਿਆਂਦੀ ਡਾਕਟਰਾਂ ਦੇ ਵਿੱਚ ਵੀ ਤਾਂ ਸਾਰਿਆਂ ਨੂੰ ਇਹ ਪਤਾ ਸੀ ਕਿ ਵੀ ਇਹ ਜ਼ਰੂਰੀ ਆ ਡਾਕਟਰਾਂ ਨੇ ਬਹੁਤ ਦਿਲ ਖੋਲ੍ਹ ਕੇ ਦਾਨ ਦਿੱਤਾ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਹੁਣ ਔਰ ਖਾਸ ਤੌਰ ਦੇ ਉੱਤੇ ਜਿਹੜੀ ਕੱਲ੍ਹ ਦੀ ਫੰਡ ਰੇਜ਼ਿੰਗ 1 ਮਿਲੀਅਨ ਨੂੰ ਪਾਰ ਕਰ ਗਈ ਇਹਦੇ ਵਿੱਚ ਮੇਰੇ ਖਿਆਲ ਰੈਡ ਐਫ ਐਮ ਨੇ ਵੀ ਥੋੜ੍ਹੇ ਬਹੁਤ ਪੈਸੇ ਪਾਏ ਹਾਂਜੀ 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 ਥੋੜ੍ਹਾ ਜਿਹਾ ਜੇ ਅਸੀਂ ਵੀ 2 ਸਾਲ ਦੀ ਅਸੀਂ ਵੀ ਕਮਿਟਮੈਂਟ ਲੈ ਲਈਏ ਬਈ ਹੁਣ ਜੇ $1 ਮਿਲੀਅਨ ਚਾਹੀਦਾ ਤਾਂ ਥੋੜ੍ਹੀ ਜਿਹੀ ਕਮਿਟਮੈਂਟ ਕੋਲੋਂ ਦੇ ਕੇ ਤਾਂ ਫਿਰ ਪੂਰਾ ਕਰ ਦਿੱਤਾ ਪਰ ਮੈਨੂੰ ਪਤਾ ਕਿ ਉਹ ਚੱਲ ਰਾਤੀ ਆਪਾਂ ਕਰਤਾ ਮੈਨੂੰ ਪਤਾ ਅੱਜ ਵੀ ਸਾਡੇ ਵੀਰ ਕੱਲ੍ਹ ਵੀ ਰਾਤੀ ਲੇਟ ਫੋਨ ਕਰਦੇ ਰਹੇ ਕੋਈ ਟਰੱਕ ਡਰਾਈਵਰ ਸੀ ਜਾਂ ਉਹ ਕਿਤੇ ਬਿਜ਼ੀ ਹੋ ਗਏ ਉਹਨਾਂ ਨੇ ਡੋਨੇਟ ਅੱਜ ਕਰਨਾ ਕਰਕੇ ਇਹ ਉਹਨਾਂ ਨੇ ਮਨ 'ਚ ਆ ਕਿ ਬਈ ਗੁਰਪੁਰਬ ਆਉਣਾ ਆ ਅਤੇ ਗੁਰਪੁਰਬ 'ਤੇ ਡੋਨੇਟ ਕਰਨਾ ਆ ਤਾਂ ਜਦੋਂ ਵੀ ਉਹ ਅੱਜ ਮੈਂ 2-3 ਵਾਲੰਟੀਅਰ ਬਿਠਾਏ ਆ ਕਰਕੇ ਜਿਹਨਾਂ ਦੀ ਸ਼ਰਧਾ ਹੈ ਉਹ ਅੱਜ ਵੀ ਡੋਨੇਟ ਕਰ ਸਕਦੇ ਨੇ ਰੇਡੀਓ 'ਤੇ ਤਾਂ ਫਿਰ ਅੱਜ ਸ਼ਾਮ ਨੂੰ ਪੈਕਅਪ ਕਰਾਂਗੇ ਹੋਰ ਅਖੀਰ 'ਚ ਕੀ ਕਹਿਣਾ ਚਾਹੋਗੇ ਸਾਡੇ ਆਪਣੇ ਇੱਥੋਂ ਦੇ ਲਿਸਨਰਸ ਨੂੰ ਵੈਂਕੂਵਰ ਦੇ ਲਿਸਨਰਸ ਨੂੰ ਸਭ ਤੋਂ ਪਹਿਲਾਂ ਤਾਂ ਸਾਰੀ ਕਮਿਊਨਿਟੀ ਦਾ ਬਹੁਤ ਧੰਨਵਾਦ ਜਿਹੜੀ ਤੁਸੀਂ ਜ਼ਿੰਮੇਵਾਰੀ ਸਾਡੇ ਸ਼ੋਲਡਰ 'ਤੇ ਪਾਈ ਆ ਅਸੀਂ ਦਿਲੋਂ ਨਿਭਾਵਾਂਗੇ ਨਿਭਾਉਂਦੇ ਰਹਾਂਗੇ 100% ਜਿਹੜੀ ਪੈਸਾ ਆ ਉਹ ਕੋਜ਼ ਵਾਸਤੇ ਜਾਊਗਾ ਜਿੰਨਾ ਵੀ ਕੋਈ ਖਰਚਾ ਆਉਂਦਾ ਆ ਕੋਈ ਵੀ ਆ ਉਹ ਰੈਡ ਐਫ ਐਮ ਅਸੀਂ ਆਪਣੇ ਕੋਲੋਂ ਕਰਦੇ ਹਾਂ ਐਵਰੀ ਸਿੰਗਲ ਪੈਨੀ ਇਹ ਫਾਊਂਡੇਸ਼ਨ ਦੇ ਕੋਲ ਦਿੱਤੀ ਜਾਂਦੀ ਆ ਅਸੀਂ ਸਾਰੇ ਲਿਸਨਰ ਦਾ ਧੰਨਵਾਦ ਕਰਦੇ ਮੈਂ ਕੁਛ ਜਿਹੜੇ ਸਾਡੇ ਬਿਜ਼ਨਸ ਕਮਿਊਨਿਟੀ ਦੇ ਲੀਡਰ ਮੈਂ ਇੱਦਾਂ ਸਾਰਿਆਂ ਨੂੰ ਧੰਨਵਾਦ ਕਰਦਾ ਮੈਂ ਕੁਛ ਥੋੜ੍ਹਾ ਜਿਹਾ ਸਪੈਸ਼ਲ ਧੰਨਵਾਦ ਕਰਨਾ ਚਾਹੁੰਦਾ SSR ਰੂਫਿੰਗ ਤੋਂ ਸੁਰਿੰਦਰ ਭਾਅ ਜੀ ਹੋਣਾਂ ਦਾ ਜੀ ਜੀ ਤਾਂ ਅਠਵਾਲ ਇੰਸ਼ੋਰੈਂਸ ਮਨਜੀਤ ਭਾਅ ਜੀ ਹੋਣਾਂ ਦਾ ਕਿਉਂਕਿ ਕੁਛ ਫੈਮਲੀਆਂ ਇੱਦਾਂ ਦੀਆਂ ਮੈਂ ਉਹਨਾਂ ਨੂੰ 2007 ਤੋਂ ਹੁਣ ਤੱਕ ਦੇਖਦਾ ਹਾਂ ਉਹ ਆਲਮੋਸਟ ਐਵਰੀ ਈਅਰ ਡਬਲ ਅਮਾਊਂਟ ਦਿੰਦੇ ਆ ਰਹੇ ਨੇ ਪਰਮਾਤਮਾ ਉਹਨਾਂ ਦੇ ਬਿਜ਼ਨਸ ਦੇ ਵਿੱਚ ਵਾਧਾ ਕਰਦਾ ਆ ਬਸੰਤ ਮੋਟਰ ਦਾ ਭਾਅ ਜੀ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ $32,000 ਸਕਾਲਰਸ਼ਿਪ ਦਾ ਇੱਧਰ ਦਿੱਤਾ ਜਿਹੜਾ ਹਸਪਿਟਲ ਦੇਣਾ ਸੀ ਉੱਧਰ ਅਨਾਊਂਸ ਕੀਤਾ ਅਤੇ $2,000 ਕੱਲ੍ਹ ਐਕਸਟਰਾ ਦਿੱਤਾ ਉਹਨਾਂ ਨੇ ਟੋਟਲ $34,000 ਉਹਨਾਂ ਨੇ ਵੀ ਕੋਜ਼ ਵਾਸਤੇ ਦਿੱਤਾ ਮੈਨੂੰ ਹੁਣੇ ਫੋਨ ਆਇਆ ਸੀ ਜਿਹਨਾਂ ਦਾ ਆਪਾਂ ਨਾਂ ਲੈਂਦੇ ਬੇਰਜ਼ਨ ਪ੍ਰੋਪਰਟੀ ਵਾਲੇ ਰੋਲਫ ਕੰਗਰੈਜੂਲੇਟ ਕਰਦੇ ਸੀ ਉਹ 2007 ਦੇ ਵਿੱਚ ਜਦੋਂ ਪਹਿਲੀ ਵਾਰੀ ਇੱਥੇ ਰੇਡੀਓ 'ਤੇ ਆਏ ਤਾਂ ਉਹ ਫੋਰਮ ਦੇ ਨਾਲ ਦੇਖਦੇ ਰਹੇ ਵੀ ਆਪ 13-13 ਬੋਲਦੇ ਸੀ ਆਪਾਂ ਹੈ ਨਾ ਕਹਿੰਦਾ ਸੀ ਵੀ 13 ਕਿਉਂ ਲਿਖਿਆ ਜਾਂਦਾ ਆ ਤੁਹਾਨੂੰ ਪੁੱਛੇ ਹਾਂਜੀ ਫਿਰ ਜਦੋਂ ਉਹਨੇ ਫਿਲੋਸਫੀ ਦਿੱਤੀ ਉਸ ਦਿਨ ਤੋਂ ਉਹ ਮੈਨੂੰ ਕਹਿੰਦੇ ਮੈਂ ਕਿਤੇ ਵੀ ਆਵਾਂ ਐਤਕੀ ਵੀ ਬਾਹਰ ਕੰਟਰੀ ਸੀ ਕੱਲ੍ਹ ਪਿਛਲੇ ਸਾਲ ਵੀ ਸੀ ਮੈਂ ਸਿਰਫ ਟੈਕਸ ਕਰਦਾ ਉਹ ਕਹਿੰਦੇ ਯੂ ਨੋ ਵਟ ਟੂ ਡੂ ਬਈ ਤੂੰ $13,000 ਮੇਰੇ ਤੋਂ ਬਿਨਾਂ ਪੁੱਛੇ ਤੋਂ ਐਵਰੀ ਈਅਰ ਭਰ ਕੇ ਅਤੇ ਮੇਰੇ ਆਫਿਸ 'ਚ ਫੋਰਮ ਭੇਜ ਦਿਆ ਕਰ ਕਿਉਂਕਿ ਗੁਰੂ ਨਾਨਕ ਦੇਵ ਜੀ ਦੀ ਫਿਲੋਸਫੀ ਤੋਂ ਕਾਇਲ ਹੋਏ ਇਹ ਕਾਇਲ ਤਾਂ ਜਦੋਂ ਗੁਰੂ ਨਾਨਕ ਦੇਵ ਜੀ ਐਮਰਜੈਂਸੀ ਐਂਟਰੈਂਸ ਨਾਮ ਲਿਖਿਆ ਉਹ ਵੀ ਉਦੋਂ ਵੀ ਉੱਥੇ ਸੀ ਉਹਨਾਂ ਦਾ ਪਰਸਨਲ ਜਿਹੜਾ ਇੰਟਰਸਟ ਬਹੁਤ ਬਣ ਗਿਆ ਕੀ ਬਾਤ ਹੈ ਹਾਂਜੀ ਬਹੁਤ ਬਹੁਤ ਮਿਹਰਬਾਨੀ ਮੈਂ ਥੋੜ੍ਹਾ ਜਿਹਾ ਸਿਰਫ
ਹਜ਼ਾਰ ਬੰਦ ਤਾਂ ਲੋਕ ਚੱਲ ਕੇ ਆ ਜਾਂਦੇ ਆ, ਫਿਰ ਸਟਾਫ ਹੁੰਦਾ, ਫਿਰ ਕਹਿੰਦੇ ਖਾਣੇ ਦਾ ਜਾਂ ਆਲੇ ਦੁਆਲੇ ਬਹੁਤ ਮਿਹਨਤ ਆਉਂਦੀ ਆ ਉਹਦੇ ਵਿੱਚ। ਮੈਂ ਰੈਕੋਗਨਾਈਜ਼ ਕਰਨਾ ਚਾਹੁੰਦਾ ਸਾਡੇ ਨਵਰਾਜ ਸਵੀਟ, ਮਹਾਰਾਜਾ ਰੈਸਟੋਰੈਂਟ ਅਨਮੋਲ ਅਤੇ ਵੈਜੀ ਗਾਰਡਨ ਭਾਅ ਜੀ, ਉਹਨਾਂ ਨੇ ਚਾਰਾਂ ਨੇ ਬਹੁਤ ਸੇਵਾ ਕੀਤੀ ਕੱਲ੍ਹ। ਵਾਲੰਟੀਅਰਸ ਬਗੈਰ ਨਹੀਂ ਹੋ ਸਕਦਾ, ਵਾਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ। ਬੱਚਿਆਂ ਨੇ ਸਵੇਰੇ ਕਈ 6 ਵਜੇ ਆ ਕੇ ਤੇ ਰਾਤੀ 11 ਵਜੇ ਗਏ ਨੇ, ਬਹੁਤ ਛੁੱਟੀ ਲਈ ਹੋਈ ਸੀ। ਮੈਂ ਇਹ ਅੱਗੇ ਕਹਿੰਦਾ ਹੁੰਦਾ ਸੀ, ਇਨਕਰੇਜ ਕਰਦਾ ਹੁੰਦਾ ਸੀ ਪੇਰੈਂਟਸ ਨੂੰ, ਕਹੋ ਕਿ ਬੱਚੇ ਜ਼ਰੂਰ ਭੇਜੋ ਅਸੀਂ, ਉਹ ਹੁਣ ਯੂਨੀਵਰਸਿਟੀ ਦੇ ਵਿੱਚ ਵੇਖਦਾ ਉਹਨਾਂ ਨੂੰ ਸਰਟੀਫਿਕੇਟ ਦਿੱਤਾ ਜਾਂਦਾ, ਪ੍ਰੋਪਰ ਸਰਟੀਫਿਕੇਟ ਦਿੰਦਾ ਵੀ ਉਹਨਾਂ ਦਾ ਵਾਲੰਟੀਅਰ ਕੰਮ ਕਾਊਂਟ ਕੀਤਾ ਜਾਂਦਾ। ਜਿਨ੍ਹਾਂ ਦੇ ਬੱਚੇ ਗਏ ਨੇ ਯੂਨੀਵਰਸਿਟੀ 'ਚ, ਕਈ ਵਾਰੀ ਪੇਰੈਂਟ ਕਹਿੰਦੇ ਸਾਡੇ ਬੱਚੇ ਤੋਂ ਕਰਾ ਲਓ, ਜਿਨ੍ਹਾਂ ਦੇ ਬੱਚਿਆਂ ਨੇ ਜਾਣਾ ਮੈਂ ਉਹਨਾਂ ਨੂੰ ਇਹ ਅਪੀਲ ਕਰਦਾ ਕਿ ਜੇ ਤੁਹਾਡੇ ਬੱਚੇ ਇੰਟਰਸਟ ਰੱਖਦੇ ਆ ਤਾਂ ਇੱਦਾਂ ਦੇ ਚੈਰੀਟੇਬਲ ਕੋਜ਼ 'ਤੇ ਜ਼ਰੂਰ ਭੇਜੋ। ਕਲਚਰ ਨਾਲ ਜੁੜਦੇ ਆ, ਇੱਕ ਉਹਨਾਂ ਦਾ ਜਿਹੜਾ ਸਕੂਲ ਦੀ ਰਿਕੁਆਇਰਮੈਂਟ ਆ ਉਹ ਪੂਰੀ ਹੁੰਦੀ ਆ। ਬਿਲਕੁਲ ਜੀ, ਮੋਹਿਤ ਹੋਰੀ ਵੀ ਆਏ ਸੀ, ਹੋਰ ਬਹੁਤ ਸਾਰੇ ਵਾਲੰਟੀਅਰਸ ਜਿਹੜੇ ਸੀ ਉਹ ਰਾਤ ਦੇ 10 ਵਜੇ ਤੱਕ ਕੰਮ ਕਰਦੇ ਰਹੇ, ਬਹੁਤ ਕੀਤਾ ਜੀ। ਇੱਕ ਅਸ਼ਵਨੀ ਭਾਅ ਜੀ ਅਤੇ ਇੱਕ ਅੰਕਲ ਤੱਗੜ, ਉਹ ਬਹੁਤ ਕੰਮ ਸਾਂਭਦੇ ਨੇ। ਅਸ਼ਵਨੀ ਵੀ ਹਾਂਜੀ, ਉਹਨਾਂ ਨੇ ਬਹੁਤ ਕੰਮ ਕੀਤਾ। ਥੈਂਕ ਯੂ ਇੱਕ ਵਾਰੀ ਫਿਰ ਸਾਰਾ ਵਾਲੰਟੀਅਰ ਦਾ, ਰੈਡ ਐਫ ਐਮ ਦੀ ਟੀਮ ਦਾ, ਸਾਰੀ ਇੰਟਾਇਰ ਕਮਿਊਨਿਟੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਵੈਰੀ ਮੱਚ।